ਪ੍ਰਧਾਨਮੰਤਰੀ ਵੱਲੋਂ 68,000 ਕਰੋੜ ਰੁਪਏ ਟੈਕਸ ਦੇ ਰੂਪ ਦੇ ਵਿੱਚ ਮਾਫ਼ ਕਰਨ ਦੇ ਸੰਬੰਧ ਦੇ ਵਿੱਚ ਕੀ ਕਿਹਾ ਕਾਮਰੇਡ ਸੇਖੋਂ ਨੇ। ਮੋਦੀ ਸਾਹਿਬ ਦਾ ਜ਼ੋਰ ਤਾਂ ਇਸ ਗੱਲ 'ਤੇ ਲੱਗਿਆ, ਮੈਂ ਸਰਵ ਪਾਰਟੀ ਮੀਟਿੰਗ ਸਮੇਂ ਵੀ ਕਿਹਾ ਸੀ ਵੀ ਸਾਡੀਆਂ ਦਵਾਈਆਂ ਸਾਡੀਆਂ ਕਿੱਟਾਂ ਟਰੰਪ ਦੇ ਧਮਕੀ ਹੇਠ ਉਹਨੂੰ ਟ੍ਰਾਂਸਫਰ ਹੋ ਰਹੀਆਂ ਨੇ ਅਤੇ ਲੋਕਾਂ ਨੂੰ ਪੈਸਾ ਨਹੀਂ, ਅਤੇ ਅੱਜ ਲੋਕਾਂ ਨੂੰ ਪੈਸਾ ਜਿਹੜਾ ਦੇਣ ਦੀ ਬਜਾਏ ਜਿਹੜੇ 4 ਵੱਡੇ ਡਾਕੂ ਨੇ ਜਿਨ੍ਹਾਂ ਨੇ ਬੈਂਕਾਂ ਨਾਲ ਡਾਕੇ ਮਾਰੇ ਆ, ਤਾਂ ਉਹਨਾਂ 68,000 ਕਰੋੜ ਰੁਪਈਏ ਤੋਂ ਉਹਨਾਂ ਦਾ ਵੱਧ ਮਾਫ਼ ਕਰ ਦਿੱਤਾ ਐਸੇ ਦੇ ਵਿੱਚ ਚੱਲਦਿਆਂ ਹੋਇਆਂ। ਤੋ ਤੋਂ ਸਗੋਂ ਉਹਨਾਂ ਦੇ ਸਾਰੀ ਪ੍ਰਾਪਰਟੀ ਜ਼ਬਤ ਕਰਕੇ ਲੋਕਾਂ ਨੂੰ ਤਾਂ ਪੈਸਾ ਦੇਣਾ ਚਾਹੀਦਾ, FCI ਦੇ ਗੋਦਾਮ ਖੋਲ੍ਹ ਦੇਣੇ ਚਾਹੀਦੇ ਜਿਹੜੇ ਭੁੱਖੇ ਮਰ ਰਿਹਾ, 10 ਕਿਲੋ ਦੇ ਅਨਾਜ ਨਾਲ ਥੋੜ੍ਹੀ ਰੱਜ ਜਾਣਾ, ਔਰ ਕੇਰਲਾ ਸਰਕਾਰ ਦੀ ਤਰ੍ਹਾਂ 35 ਕਿਲੋ ਅਨਾਜ ਦੇਣਾ ਚਾਹੀਦਾ। ਸਾਡੀ ਸਰਕਾਰ ਆ ਉੱਥੇ ਸਵਾਈ CPIM ਦੀ ਕੇਰਲਾ ਦੇ ਅੰਦਰ, ਉਹਨਾਂ ਨੇ 35 ਕਿਲੋ ਅਨਾਜ ਦਿੱਤਾ, 17 ਚੀਜ਼ਾਂ ਦਿੱਤੀਆਂ ਉਸ ਕਿੱਟ ਦੇ ਅੰਦਰ 35 ਕਿਲੋ ਅਨਾਜ ਤੋਂ ਇਲਾਵਾ ਜਿਹੜੀਆਂ ਜ਼ਰੂਰੀ ਚੀਜ਼ਾਂ ਨੇ। ਇਹ 10 ਕਿਲੋ ਅਨਾਜ ਨਾਲ ਤੁਸੀਂ ਐਵਰੇਜ ਲਾਓ, ਇੱਕ ਮਨੁੱਖ ਇੱਕ ਡੰਗ ਦੇ ਵਿੱਚ 200 ਗ੍ਰਾਮ ਆਟਾ ਖਾਂਦਾ, ਦਿਹਾੜੀ ਦੇ ਵਿੱਚ 600 ਗ੍ਰਾਮ ਆਟਾ ਖਾਂਦਾ, ਅਤੇ 10 ਕਿਲੋ ਆਟਾ ਜੇ 3 ਜੀ ਨੇ ਕਿੰਨੇ ਦਿਨ ਚੱਲੇਗਾ ਤੁਸੀਂ ਆਪ ਅੰਦਾਜ਼ਾ ਕਰੋ। ਇਸ ਕਰਕੇ ਅੱਜ ਜ਼ਰੂਰਤ ਇਸ ਗੱਲ ਦੀ ਹੈ, ਜਿਹੜੇ FCI ਦੇ ਗੋਦਾਮ ਚੂਹੇ ਖਾ ਰਹੇ ਨੇ ਅਨਾਜ ਗਲ ਰਿਹਾ, ਉਹ ਸਾਰੇ ਨੂੰ ਖੋਲ੍ਹ ਦੇਣਾ ਚਾਹੀਦਾ, ਗਰੀਬ ਲੋਕਾਂ ਨੂੰ ਅਨਾਜ ਦੇਣਾ ਚਾਹੀਦਾ, ਨਹੀਂ ਤਾਂ ਗਰੀਬ ਇਮਿਊਨ ਸਿਸਟਮ ਹੀ ਇੰਨਾ ਕਮਜ਼ੋਰ ਹੋ ਜਾਏਗਾ, ਗਰੀਬ ਮਰ ਜਾਣਗੇ ਇਸ ਗੱਲ ਦੇ ਨਾਲ। ਔਰ ਇਸ ਤੋਂ ਪਹਿਲਾਂ 1,76,000 ਕਰੋੜ ਰੁਪਈਆ ਸਰਕਾਰ ਨੇ ਰਿਜ਼ਰਵ ਬੈਂਕ ਆਫ ਇੰਡੀਆ ਤੋਂ ਲਿਆ, ਉਹ ਰਿਜ਼ਰਵ ਬੈਂਕ ਆਫ ਇੰਡੀਆ ਤੋਂ ਜਿਹੜਾ ਪੈਸਾ ਲਿਆ ਉਹ ਗਰੀਬਾਂ ਲਈ ਬੇਰੁਜ਼ਗਾਰਾਂ ਲਈ ਨਹੀਂ, ਉਹ ਵੀ ਅਬਾਨੀਆਂ ਦਾ ਅਦਾਨੀਆਂ ਦਾ ਵੱਡੇ ਜਿਹੜੇ ਕਾਰਪੋਰੇਟ ਘਰਾਣੇ ਆ ਉਹਨਾਂ ਦਾ 1,45,000 ਕਰੋੜ ਰੁਪਈਆ ਮਾਫ਼ ਕਰ ਦਿੱਤਾ ਟੈਕਸ ਦੇ ਰੂਪ ਵਿੱਚ। ਜੇ ਉਹ ਪੈਸੇ ਦੀ ਹੁਣ ਵਰਤੋਂ ਕਰਦੇ, ਹੁਣ ਰਿਜ਼ਰਵ ਬੈਂਕ ਕੋਲ ਪੈਸਾ ਕੋਈ ਨਹੀਂ, ਰਿਜ਼ਰਵ ਬੈਂਕ ਤੋਂ 1,76,000 ਰੁਪਈਆ ਪਹਿਲਾਂ ਕਢਾਇਆ 4 ਮਹੀਨੇ ਪਹਿਲਾਂ, ਅਤੇ ਰਿਜ਼ਰਵ ਬੈਂਕ ਤੋਂ 68,000 ਕਰੋੜ ਰੁਪਈਆ ਹੁਣ ਮਾਫ਼ ਕਰਵਾ ਦਿੱਤਾ, ਅਤੇ ਰਿਜ਼ਰਵ ਬੈਂਕ ਕੋਲ ਪੈਸਾ ਕਿੱਥੇ? ਅਤੇ ਜਿਹੜਾ ਪੈਸੇ ਦੀ ਬਹੁਤ ਹੀ ਐਮਰਜੈਂਸੀ ਸਮੇਂ ਦੇ ਲੋੜ ਸੀ ਮੋਦੀ ਸਰਕਾਰ ਨੇ ਉਹ ਬਹੁਤ ਵੱਡਾ ਗੁਨਾਹ ਕੀਤਾ, ਅਤੇ ਹੁਣ ਲੋਕਾਂ ਨੂੰ ਭੁੱਖੇ ਮਰਨ ਦੇ ਉੱਤੇ ਮਜਬੂਰ ਕੀਤਾ ਜਾ ਰਿਹਾ। ਜ਼ਰੂਰਤ ਇਸ ਗੱਲ ਦੀ ਹੈ ਵੀ ਅਮੈਰੀਕਾ ਦੇ ਹੱਕ ਵਿੱਚ ਅੱਜ ਲੋੜ ਸਾਨੂੰ ਹਥਿਆਰਾਂ ਖਰੀਦਣ ਦੀ ਨਹੀਂ, ਲੋੜ ਸਾਨੂੰ ਕਿੱਟਾਂ ਖਰੀਦਣ ਦੀ ਹੈ, ਲੋੜ ਸਾਨੂੰ ਟੈਸਟਿੰਗ ਮਸ਼ੀਨਾਂ ਦੀ ਹੈ, ਵੈਂਟੀਲਾਈਜ਼ਰ ਦੀ ਸਾਨੂੰ ਜ਼ਰੂਰਤ ਹੈ। ਅਤੇ ਸਾਡਾ ਮੋਦੀ ਟਰੰਪ ਨਾਲ ਸੌਦਾ ਕਰਕੇ ਕਰੋੜਾਂ ਡਾਲਰ ਦੇ ਵਿੱਚ ਅਮੈਰੀਕਾ ਨੂੰ ਹਥਿਆਰਾਂ ਦੇ ਰੂਪ ਵਿੱਚ ਉਹਨਾਂ ਨੂੰ ਸੌਦੇ ਦੇ ਪੈਸੇ ਆ ਜਿਹੜੇ ਚੁੱਕਦੇ ਕਰ ਰਿਹਾ, ਅਤੇ ਗਰੀਬ ਲੋਕਾਂ ਦੀ ਚਿੰਤਾ ਨਹੀਂ। ਜਿਹੜਾ ਪ੍ਰਧਾਨ ਮੰਤਰੀ ਕੇਅਰ ਫੰਡ ਆ, ਲੋਕ ਆ ਜਿਹੜੇ 500 ਉਹਨਾਂ ਨਹੀਂ ਕਿਸੇ ਦਾ ਗੁਜ਼ਾਰਾ ਹੋਣਾ, ਅਤੇ ਮੈਂ ਬੈਂਕਾਂ ਦੇਖ ਕੇ ਆਇਆ, ਰਸਤੇ ਦੇ ਵਿੱਚ ਬੈਂਕਾਂ 'ਚ 100-100 ਬੰਦਾ ਖੜ੍ਹਾ, ਬਜ਼ੁਰਗ ਖੜ੍ਹੇ ਆ, 750-750 ਪੈਨਸ਼ਨ, 500-500 ਜਨਤਾ ਨਾਲਾ ਪਾਇਆ, ਅਤੇ ਲੋਕਾਂ ਨੂੰ 10-10, 12-12 ਦਿਨ ਹੋ ਗਏ, ਮੈਨੇਜਰ 10-10 ਕਹਾਂ ਨੂੰ ਕੱਢ ਕੇ ਪਰੇ ਚਲੇ ਜਾਂਦੇ, ਦਿੰਦੇ ਕਿਸੇ ਨੂੰ ਕੁਛ ਨਹੀਂ। ਅਸੀਂ ਇਹ ਸਰਕਾਰ ਨੂੰ ਕਹਿਣਾ ਚਾਹੁੰਦੇ ਹਾਂ ਵੀ ਇਸ ਤੋਂ ਨਿਕਲਣ ਵਾਸਤੇ ਇੱਕੋ ਹੀ ਹੱਲ ਆ, ਸਾਡੇ ਆਂਢੀ ਗੁਆਂਢੀ ਜਿਹੜੇ ਮੁਲਕ ਨੇ, ਪਾਕਿਸਤਾਨ ਨੇ, ਬੰਗਲਾਦੇਸ਼ ਨੇ, ਨੇਪਾਲ, ਸ਼੍ਰੀਲੰਕਾ, ਤਾਇਵਾਨ, ਹੋਰ ਜਿੰਨੇ ਮੁਲਕ ਨੇ, ਕਿਸੇ ਨੇ ਲੋਕਡਾਊਨ ਕਰਕੇ ਨਹੀਂ ਇਸ ਦਾ ਮੁਕਾਬਲਾ ਕੀਤਾ। ਲੋਕਡਾਊਨ ਕਰਨ ਦਾ ਮਤਲਬ ਆ ਤੁਸੀਂ ਕਿਰਤ ਕਰਨ ਤੋਂ ਰੋਕਣਾ, ਮਿਹਨਤ ਕਰਨ ਤੋਂ ਰੋਕਣਾ ਲੋਕਾਂ ਨੂੰ ਕਰਕੇ। ਹੁਣ ਜਿਹੜੇ ਕਿਰਤ ਕਰਕੇ ਦਿਹਾੜੀ ਕਰਕੇ ਖਾਂਦੇ ਆ, ਮੰਗ ਕੇ ਖਾਣ ਨੂੰ ਕਿਸੇ ਦਾ ਜੀ ਨਹੀਂ ਕਰਦਾ। ਇਸ ਕਰਕੇ ਮੋਦੀ ਨੂੰ ਔਰ ਪੰਜਾਬ ਸਰਕਾਰ ਨੂੰ ਮੈਂ ਇਹ ਕਹਿਣਾ ਚਾਹੁੰਦਾ, ਲੋਕਾਂ ਨੂੰ ਮੰਗਤੇ ਅਤੇ ਘਸਿਆਰੇ ਬਣਾਉਣਾ ਛੱਡੋ, ਲੋਕਾਂ ਨੂੰ ਖੁੱਲ੍ਹੇ ਛੱਡੋ ਲੋਕਡਾਊਨ ਛੱਡ ਕੇ, ਅਤੇ ਇਸ ਇਹਦੇ ਲਈ ਚੌਕਸੀ ਦੀ ਜ਼ਰੂਰਤ ਆ, ਐਜੂਕੇਸ਼ਨ ਦੀ ਜ਼ਰੂਰਤ ਆ, ਕਰੋਨਾ ਵਾਇਰਸ ਨਾਲ ਲੜਨ ਵਾਸਤੇ ਅਜੇ ਦਵਾਈ ਤਾਂ ਕੋਈ ਲੱਭੀ ਨਹੀਂ, ਉਹਦੇ ਲਈ ਚੌਕਸੀ ਦੀ ਜ਼ਰੂਰਤ ਆ, ਫਿਜ਼ੀਕਲ ਡਿਸਟੈਂਸ ਰਹਿਣੀ ਚਾਹੀਦੀ ਆ, ਅਤੇ ਲੋਕਾਂ ਨੂੰ ਸਾਫ਼ ਸੁਥਰਾ ਰਹਿਣਾ ਚਾਹੀਦਾ, ਸਫਾਈ ਦਾ ਪ੍ਰਬੰਧ ਕਰਨਾ ਚਾਹੀਦਾ, ਇਹ ਲੋਕਾਂ ਨੂੰ ਆਪਣੇ ਤੌਰ 'ਤੇ ਚੌਕਸ ਰਹਿਣਾ ਚਾਹੀਦਾ, ਔਰ ਇਸ ਕਰੋਨਾ ਵਾਇਰਸ ਨਾਲ ਵੈਲ ਪਾਵਰ ਨਾਲ ਲੜਿਆ ਜਾ ਸਕਦਾ। ਇਹਨਾਂ ਨੇ ਤਾਂ ਡਰਾ ਇੰਨਾ ਦਿੱਤਾ ਜਿਵੇਂ ਸੱਪ ਦੀ ਜ਼ਹਿਰ ਨਾਲ ਕੱਟਣ ਨਾਲ ਘੱਟ ਮਰਦੇ ਲੋਕ, ਉਹਦੀ ਦਹਿਸ਼ਤ ਨਾਲ ਮਰ ਜਾਂਦੇ, ਕਰੋਨਾ ਦੀ ਦਹਿਸ਼ਤ ਨਾਲ ਹੀ ਲੋਕਾਂ ਨੇ ਮਰ ਜਾਣਾ। ਸਰਕਾਰ ਨੂੰ ਇਹ ਕੰਮ ਬੰਦ ਕਰਨਾ ਚਾਹੀਦਾ, ਔਰ ਸਰਮਾਏਦਾਰ ਲੁਟੇਰਿਆਂ ਦੀ ਇਸ ਔਖੀ ਘੜੀ 'ਚ ਵੀ ਡਾਕੂਆਂ ਦੀ ਮਦਦ ਕਰਨ ਦਾ ਜਿਹੜਾ ਸਰਕਾਰ ਨੇ ਰਾਹ ਚੁਣਿਆ ਉਹ ਬੰਦ ਕਰ ਦੇਣਾ ਚਾਹੀਦਾ, ਗਰੀਬ ਲੋਕਾਂ ਦੇ ਪਾਸੇ ਨੂੰ ਮੂੰਹ ਕਰਨਾ ਚਾਹੀਦਾ।